ਕੀ ਹੋ ਗਿਆ ਮੰਮੀ ਅਸੀਂ ਜਾਂਦੇ ਹਾਂ ਦੇਖ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਆ ਕੱਲ ਵਾਲੀ ਵੀਡੀਓ ਦੇਖੀ ਸੀ ਕਿਸੇ ਨੇ ਸਾਡੀ ਸਟੋਰੀ ਵਾਲੀ ਇਹਦਾ ਆਈਡੀਆ ਸੀਗਾ ਉਹ ਅੱਜ ਅਸੀਂ ਕੁਐਸਚਨਾਂ ਦੇ ਆਨਸਰ ਦੇਣੇ ਨੇ ਇਹਨੇ ਜਿਹੜੇ ਤੁਸੀਂ ਪ੍ਰੋਬਲਮਸ ਰਿਲੇਟਡ ਪੁੱਛੇ ਹੋਏ ਨੇ ਉਹਦੀ ਆਪਾਂ ਅੱਗੇ ਗੱਲ ਕਰਾਂਗੇ ਜਾ ਕੇ ਪਹਿਲਾਂ ਵਲੌਗ ਇੱਥੋਂ ਸ਼ੁਰੂ ਕਰ ਲਈਏ ਹਲੇ ਇਹਨੇ ਮੈਨੂੰ ਕੁਛ ਬਣਾ ਕੇ ਵੀ ਖਵਾਉਣਾ ਪਹਿਲਾਂ ਖਾ ਲਈਏ ਪੇਟ ਪੂਜਾ ਕਰ ਲਈਏ ਅੱਧਾ ਵਲੌਗ ਅੱਜ ਇਹਨੇ ਪੁਆਧੀ 'ਚ ਬਣਾਉਣਾ ਮਤਲਬ ਜਿਹੜਾ ਦੱਸਣ ਵਾਲਾ ਉਹ ਵਾਲਾ ਪਾਰਟ ਤਾਂ ਆਪਾਂ ਨੋਰਮਲ ਪੰਜਾਬੀ 'ਚ ਹੀ ਕਰਾਂਗੇ ਜਿਹੜਾ ਤੁਹਾਨੂੰ ਪ੍ਰੋਬਲਮਸ ਦਾ ਹੱਲ ਦੱਸੂਗੀ ਜਿਹ 'ਚ ਤੁਹਾਡੇ ਕੁਐਸਚਨਾਂ ਦੇ ਆਨਸਰ ਇਹਨੇ ਦੇਣੇ ਨੇ ਪਰ ਉਹ ਤੋਂ ਪਹਿਲਾਂ ਵਾਲਾ ਜਿੰਨਾ ਵੀ ਵਲੌਗ ਹੋਊਗਾ ਉਹ ਇਹਦੀ ਲੈਂਗੁਏਜ 'ਚ ਹੋਊਗਾ ਜਿਹੜੀ ਇਹਦੀ ਮਦਰ ਟੰਗ ਹੈ ਅਤੇ ਠੀਕ ਹੈ ਅਤੇ ਚਲੋ ਫਿਰ ਕਰਦੇ ਇੱਥੇ ਵੀਡੀਓ ਸ਼ੁਰੂ ਆ ਜਾਓ ਕਿਆ ਖਾਣਾ ਤੁਸੀਂ ਮੈਂ ਮੰਨੇ ਹੀ ਕਹਿੰਦੇ ਹੁੰਦੇ ਨੇ ਤੁਸੀਂ ਆਪਣੀ ਪੰਜਾਬੀ 'ਚ ਬੋਲੋ ਮੈਂ ਵੀ ਤਾਂ ਟਰਾਈ ਕਰੂੰਗਾ ਨਾ ਵਿੱਚ ਮੰਨੇ ਕਹਿੰਦੇ ਹੁੰਦੇ ਨੇ ਮੈਂ ਚੀਲਾ ਖਾਊਂਗਾ ਉਹੀ ਆਪਣਾ ਓਟਸ ਵਾਲਾ ਰੋਟੀ ਬਣਾ ਲਿਓ ਮੇਰਾ ਵੀ ਚੀਲਾ ਬਣਾ ਲਿਓ ਨਾਲ ਅੱਛਾ ਪੁਆਧੀ ਚ ਤੁਸੀਂ ਤਾਂ ਸਹੀ ਨੀ ਹੁੰਦਾ ਤੋਂ ਲਈ ਨੀ ਗਿਆ ਫਿਰ ਅੱਛਾ ਚੀਲਾ ਚੰਗੀ ਤਰ੍ਹਾਂ ਗਰਮ ਕਰ ਪੱਕ ਜਾ ਪੂਰਾ ਚੰਗਾ ਪੱਕ ਜਾ ਪਤਾ ਕਿਵੇਂ ਲੱਗੇਗਾ ਪੱਕ ਗਿਆ ਇਹ ਵੀ ਪਤਾ ਲੱਗ ਜੂਗਾ ਤੈਨੂੰ ਸੇਕ ਮਾਰੂਗਾ ਫਿਰ ਉਸ ਤੋਂ ਬਾਅਦ ਸੜੂਗਾ ਨੀ ਸੜ ਜੂਗਾ ਇੰਨਾ ਵੀ ਤੈਨੂੰ ਪਤਾ ਕੁਛ ਨੀ ਪਤਾ ਮੈਨੂੰ ਦਾਲ ਦਾ ਬਣਾ ਰਹੀ ਆ ਫਿਰ ਚੱਲ ਓਟਸ ਦਾ ਬਣਾ ਦੋ ਕੋਈ ਨਾ ਦਾਲ ਦਾ ਰਹਿਣ ਦੋ ਇੱਕੋ ਗੱਲ ਆ ਫਿਰ ਉਸਕੇ ਬਾਅਦ ਮੈਂ ਇਸਮਾ ਪਾਇਆ ਛੋਟਾ ਛੋਟਾ ਕੱਟ ਕੇ ਟਮਾਟਰ ਸ਼ਿਮਲਾ ਮਿਰਚ ਹਰੀ ਮਿਰਚ ਪੀਲੀ ਮਿਰਚ ਧਨੀਆ ਕਿੰਨਾ ਕੁਛ ਪਾਇਆ ਠੀਕ ਹੈ ਤਾਂ ਕਿ ਤੇਰੀ ਸਿਹਤ ਵਧੀਆ ਰਹੇ ਚੱਲ ਖਾ ਕੇ ਮੈਨੂੰ ਬਤਾ ਤੈਨੂੰ ਕਿਹਾ ਜਾ ਰਿਹਾ ਹੁਣ ਫਿਰ ਮੈਂ ਚੌਲ ਖਾਊਂ ਆਹਾ ਖਾਊਂ ਜਾਂ ਉਹ ਖਾਊਂ ਇਹ ਖਾਊਂ ਜਾਂ ਮੈਂ ਇਹ ਖਾਊਂ ਜਾਂ ਇਹ ਖਾਊਂ ਤੈਨੂੰ ਦੋਨੋਂ ਹੀ ਖਾਣੇ ਪੈਣੇ ਮੇਰੀ ਬਹੁਤ ਮਿਹਨਤ ਹੈ ਨਾ ਬਸ ਮੇਰੇ ਕੀ ਬੈਠੀ ਰਹੀ ਤੂੰ
ਇੰਨੀ ਇੱਜ਼ਤ ਦੇ ਆ ਰਹੇ ਨੇ ਬਾਕੀ ਦੇਖ ਪੱਕੇ ਨਾ ਸਾਰੇ ਪੰਪਾ ਮਾਰ ਰਹੇ ਦਿਖ ਰਹੇ ਨਾ ਕੀ ਪਤਾ ਲੋਗਾ ਪੰਪਾ ਦਾ ਸਰ ਇਹ ਨਿਕਲੀ ਹੈ ਨਾ ਇਹਦੀ ਐਨ ਗਰਮ ਮੈਂ ਕੁਛ ਨੀ ਕਰਨਾ ਇਹ ਇਸ ਨੂੰ ਜਮਾ ਕੱਟ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਇਹ ਤੁਹਾਨੂੰ ਜੋ ਬਣਾਇਆ ਹੈ ਉਹ ਇਸਨੂੰ ਹੌਲੀ ਹੌਲੀ ਕਰਕੇ ਪਾ ਦੇਣਾ ਇੱਕਾ ਪਾ ਦੇਣਾ ਪੂੜੇ ਦਾ ਬੜਾ ਸਵਾਦ ਆ ਪਿੱਪਲ ਦੇ ਪੱਤੇ ਨਾਲ ਬਣਾ ਦਿੰਦੇ ਆ ਪੂੜੇ ਪਿੱਪਲ ਦੇ ਪੱਤੇ ਨਾਲ ਬਣਾਏ ਗਰੇ ਪੂਰਾ ਕੜਾਹ ਭਰ ਲੈ ਗਰੇ ਦਿਖਾਈ ਜੋ ਦੋ ਦਿਨ ਤੱਕ ਲਗਾਤਾਰ ਜ਼ਿਆਦਾ ਭੁੱਖ ਲਗਾ ਦੀ ਉਹ ਨੇੜੇ ਉਹ ਪਿਆ ਪਤੀਲੇ ਮਾਂ ਚੱਕੂ ਰਖਾਓ ਜਿੰਨਾ ਉਹ ਘੱਟ ਆਂਚ ਪਰ ਸਿੱਕੂਗਾ ਨਾ ਉਨਾ ਠੀਕ ਘੱਟ ਆਂਚ ਘੱਟ ਆਂਚ ਜਮੀ ਘੰਟਾ ਫਿਰ ਜਦ ਇਸਨੂੰ ਘੱਟ ਆਂਚ ਪਰ ਪਕਾਵੇ ਨਾ ਫਿਰ ਜੋ ਤਵਾ ਹੋਗਾ ਨਾ ਇਹ ਨੌਨ ਸਟਿਕ ਤਵਾ ਬਣ ਜਾਏ ਅੱਛਾ ਇਹ ਵੈਸੇ ਸਾਡਾ ਸਰਵ ਲੋ ਵਾਲਾ ਤਵਾ ਹੈਨਾ ਜੇ ਆਪਾਂ ਨਹੀਂ ਤਾਂ ਫਿਰ ਕੀ ਹੋਵੇ ਤੇਲ ਬਹੁਤ ਖਾਵੇ ਜ਼ਿਆਦਾ ਤੇਲ ਪਾਣਾ ਪਊਗਾ ਵੀ ਨਾ ਚਿਪਕੇ ਫਿਰ ਇਸ ਕਰਕੇ ਆਪਾਂ ਇਸ ਨੂੰ ਜਮਾ ਧੀਮੀ ਆਂਚ ਕਰ ਲਿਆ ਧੀਮੀ ਆਂਚ ਕਰ ਲਿਆ ਆ ਦੇਖੋ ਇਸ ਕਰੰਗ ਬਦਲ ਗਿਆ ਇਹ ਬਸ ਇਹਨੂੰ ਆਪਾਂ ਪਲਟ ਦਾਂਗੇ ਲੱਗ ਰਿਹਾ ਅੰਡੇ ਜੈਸਾ ਅੰਡਾ ਨਹੀਂ ਗਾ ਦੇਖਣ ਲੱਗ ਰਿਹਾ ਮੈਂ ਸਹਿਜ ਰੰਗ ਦਾ ਸੋਹਣਾ ਕਿੰਨਾ ਲੱਗ ਰਿਹਾ ਫਿਰ ਇਸ ਤੋਂ ਬਾਅਦ ਇਹ ਕਰਨਾ ਜਦੋਂ ਉਲਟਾ ਕਰ ਦੇਣਾ ਜੋ ਫਿਰ ਇਹਨੂੰ ਤੇਜ਼ ਕਰ ਦੇਣੀ ਇਸਕੀ ਭਾਂਪ ਕਿਉਂਕਿ ਜਿਹੜਾ ਦੂਸਰਾ ਹਿੱਸਾ ਉਹ ਟਾਈਮ ਲਵੇ ਨਾ ਪੱਕਣ ਨੂੰ ਫਿਰ ਉਹ ਤੇਜ਼ ਕਰ ਦਿਓ ਛੇਤੀ ਪੱਕ ਦੇ ਜਾਣਾ ਜਿਹੜਾ ਖਾ ਰਿਹਾ ਹੋਊਗਾ ਉਹ ਦੇਖੀ ਜਾਊਗਾ ਪਲੇਟ ਕਣੀ ਖਾਲੀ ਹੋਊਗੀ ਦੂਸਰੇ ਤੱਕ ਨਹੀਂ ਆਇਆ ਇਹਨੂੰ ਖਾਊਂ ਕਿਹਦੇ ਨਾਲ ਮੈਂ ਹੋ ਗਿਆ ਜੀ ਰੈਡੀ ਆਪਣਾ ਚੀਲਾ ਟਮਾਟਰਾਂ ਦੀ ਟਮਾਟਰ ਘੱਟ ਹੀ ਲਾਏ ਸਿਰਕਾ ਉਹ ਤਾਂ ਹੀ ਸਿਰ ਇਹ ਘੱਟ ਲਾਇਆ ਕਰੋ ਮੈਂ ਤਾਂ ਹੀ ਇਹਨੇ ਕੋ ਵਿੱਚੋਂ ਖੱਟੀ ਖੱਟੀ ਜੀ ਉਹ ਟੇਸਟ ਆਈ ਜਾਂਦਾ ਹੁੰਦਾ ਨਿਊ ਨਹੀਂ ਕਰਨਾ ਜਿਹੇ ਜਿਹਾ ਬਣਾਇਆ ਖਾ ਲੈਣਾ ਸਵਾਦ ਲਾ ਕੇ ਬਾਈ ਮੈਂ ਇਸ ਨੂੰ ਪਾ ਦਿਆ ਇਹ ਪਨੀਰ ਮਨ ਲੱਗਿਆ ਕਿਤੇ ਉਹ ਵਾਲਾ ਪਾਉਣੇ ਤੁਸੀਂ ਵਿਨੈਗਰੇਟ ਵੀ ਇਹਦੇ ਕਰਕੇ ਇੰਨਾ ਖੱਟਾ ਹੁੰਦਾ ਨਹੀਂ ਇਹ ਨਹੀਂ ਕਿਤਾ ਪਾਇਆ ਅੱਛਾ ਉਹ ਵੀ ਮਿਕਸ ਕੀਤਾ ਹੋਇਆ ਇੱਥੇ ਕਿੱਥੇ ਗਿਆ ਆਹ ਸੌਸਿਸ ਨੇ ਬਈ ਇਹ ਠੀਕ ਨੇ ਹੈਲਦੀ ਜ਼ੀਰੋ ਫੈਟ ਵਾਲੀਆਂ ਨੇ ਆਪਾਂ ਹੀ ਵਰਤੀ ਦੀਆਂ ਨੇ ਠੀਕ ਨੇ ਜੇ ਤੁਸੀਂ ਵੀ ਵਰਤਣਾ ਚਾਹੁੰਦੇ ਹੋ ਹੈਲਦੀ ਖਾਣਾ ਲਈ ਜੇ ਸੋ ਤੁਹਾਨੂੰ ਥੋੜ੍ਹਾ ਟੇਸਟ ਬਣਾਉਣਾ ਹੁੰਦਾ ਸੈਲਡਸ ਵਗੈਰਾ ਦਾ ਤਾਂ ਪਾ ਸਕਦੇ ਹੋ ਤੁਸੀਂ ਜ਼ੀਰੋ ਫੈਟ ਬਣ ਗਿਆ ਤੇਰੇ ਲਈ ਥੈਂਕ ਯੂ ਖਾ ਲੈ ਇੱਕ ਤੋਂ ਬਤਾ ਕੇ ਜਾਣਾ ਮੈਂ ਖਾ ਕੇ ਦੱਸ ਦੋ ਚਲ ਪੈਸੇ
की हो गया मम्मी ऐसी जाने देख के ए कहंदी मैं जे उधरली भाषा बोल रही है ना उधर दे तरीके नाल ही रोटी देनी है कहंदी अज अच्छा ये रखा होता मुंह है पूरा अच्छा मतलब मम्मी ने मेरे इधर ना हां इस तरह इन इन नाल हले भी हुन दी डेट च भी हुन ता नहीं हुन ता बाबा है नहीं अच्छा बाबा हुंदे सी फिर अच्छा। रहंदे सी के फिर मैं ऐसे बड़े हो गए फिर थोड़ा आएगा अच्छा कल खाना खाने तो बाद इतनी नींद आई ना यार आगे वीडियो कंटिन्यू करने का टाइम नहीं लगया क्वेश्चन आंसर होना अगली वीडियो च कवर करांगे ते चलो फिर मिलते हैं हुन कल ओके बाय